ਰਤਨ ਕੋਟ ਫਤਾ ਨੇ ਸੰਗਤ ਮੰਡੀ ਦੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼। ਦੱਸ ਦਈਏ ਕਿ ਅੱਜ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਕੋਟ ਫਤਾ ਵੱਲੋਂ ਸੰਗਤ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਥਾਨਕ ਲੋਕਾਂ ਵੱਲੋਂ ਉਹਨਾਂ ਨੂੰ ਸੀਵਰੇਜ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਸਾਲ ਪਹਿਲਾਂ 15 ਕਰੋੜ ਦੀ ਲਾਗਤ ਨਾਲ ਪਾਏ ਗਏ ਸੀਵਰੇਜ ਵਿੱਚ ਭਾਰੀ ਖਾਮੀਆਂ ਹਨ, ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਸੀਵਰੇਜ ਮੀਂਹ ਦੇ ਪਾਣੀ ਨੂੰ ਬਾਹਰ ਕੱਢਣ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਮੰਡੀ ਦਾ ਬਾਜ਼ਾਰ ਕਈ ਦਿਨ ਪਾਣੀ ਵਿੱਚ ਹੀ ਡੁੱਬਿਆ ਰਹਿੰਦਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਸੀਵਰੇਜ ਵਿਖੇ ਮੰਡੀ ਦਾ ਪਾਣੀ ਘਟਣ ਤੋਂ ਸਮਰੱਥ ਹੋ ਜਾਂਦਾ ਹੈ ਅਤੇ ਸਾਰਾ ਬਾਜ਼ਾਰ ਪਾਣੀ ਵਿੱਚ ਹੀ ਡੁੱਬਿਆ ਰਹਿੰਦਾ ਹੈ। ਲੋਕਾਂ ਦੀ ਸਮੱਸਿਆ ਨੂੰ ਸੁਣਨ ਤੋਂ ਬਾਅਦ ਵਿਧਾਇਕ ਅਮਿਤ ਰਤਨ ਕੋਟ ਫੱਤਾ ਨੇ ਭਰੋਸਾ ਦਵਾਇਆ ਹੈ ਕਿ ਸੀਵਰੇਜ ਬੋਰਡ ਦੀ ਇਸ ਵੱਡੀ ਕੁਤਾਹੀ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਤੁਰੰਤ ਸੀਵਰੇਜ ਬੋਰਡ ਦੇ SDO ਨੂੰ ਫੋਨ ਕਰਕੇ ਆਉਣ ਵਾਲੇ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਨੂੰ ਮੰਡੀ ਤੋਂ ਬਾਹਰ ਕੱਢਣ ਲਈ ਅਗਾਊ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਮੈਂਬਰ ਅਤੇ ਆਗੂ ਹਾਜ਼ਰ ਸਨ। ਬਹੁਤ ਬੁਰੀ ਹਾਲਤ ਕੀਤੀ ਹੈ, ਬੜਾ ਵਧੀਆ ਇਹ ਮੰਡੀ ਸੀਗੀ ਔਰ ਇਹਦੇ ਵਿੱਚ ਸੀਵਰੇਜ ਜਿਹੜਾ 15 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਔਰ ਸੀਵਰੇਜ ਦੇ ਵਿੱਚ ਜਿਹੜੀ ਢਾਲ ਆ ਉਹੀ ਗਲਤ ਕੀਤੀ ਗਈ ਹੈ। ਇਹਦੀ ਜਾਂਚ ਵਾਸਤੇ ਕਹਿ ਰਹੇ ਹਾਂ ਔਰ ਆਦੇਸ਼ ਦੇਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਕਰਨ ਦੀ ਲੋੜ ਪਊਗੀ ਉਹ ਕਰਾਂਗੇ ਔਰ ਨਵਾਂ ਪਲਾਨ ਇੱਕ ਇਸ ਬਾਰਿਸ਼ਾਂ ਵਾਸਤੇ ਵੀ SDO ਸੀਵਰੇਜ ਬੋਰਡ ਨੂੰ ਕਹਿਤਾ ਵੀ ਆਪਦਾ ਤਿਆਰੀ ਕਰਕੇ ਦੱਸ ਵੀ ਕਿਸ ਤਰੀਕੇ ਨਾਲ ਉਹਨੂੰ ਹੱਲ ਕੱਢੇਗਾ, ਬਾਰਿਸ਼ਾਂ ਦਾ ਪਾਣੀ ਕਿਵੇਂ ਮੰਡੀ 'ਚੋਂ ਇਵੈਕੂਏਟ ਕਰਾਏਗਾ ਉਹਦੀ ਤਿਆਰੀ ਵਾਸਤੇ ਉਹਨੂੰ ਕਹਿਤਾ ਅਤੇ ਉਹ ਤੋਂ ਪਲਾਨ ਲੈ ਕੇ ਅਤੇ ਲਾਗੂ ਕਰਾਵਾਂਗੇ। ਠੀਕ, ਬਹੁਤ